ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ ਅੱਜ ਆਪਾਂ ਤੁਹਾਨੂੰ ਖੇਤਾਂ 'ਚ ਲੈ ਕੇ ਆਏ ਹਾਂ ਅਤੇ ਇੱਧਰ ਡੈਡੀ ਨੇ ਲਸਣ ਲਗਾਤਾ। ਡੈਡੀ ਨੇ ਕੱਲ੍ਹ ਸ਼ਾਮ ਨੂੰ ਲਸਣ ਲਗਾਤਾ ਸੀ ਅਤੇ ਇੱਧਰ ਚਾਰ ਕਿਆਰੀਆਂ ਬਣਾਈਆਂ ਨੇ। ਦੇਖੋ ਇੱਕ 'ਚ ਧਨੀਆ, ਪਾਲਕ, ਮੇਥੇ ਅਤੇ ਮੇਥੀ ਚਾਰਾਂ 'ਚ ਹੀ ਲਗਾਤਾ ਅਤੇ ਇੱਧਰ ਜਿਹੜੀਆਂ ਇਹ ਲਸਣ ਵਾਲੀਆਂ ਹੋ ਗਈਆਂ। ਇੱਧਰ ਪਾਣੀ ਛੱਡਿਆ ਹੋਇਆ ਜੌਂ ਬੀਜ ਦੀ, ਇਹਦੀ ਬੱਟ ਇਹਦੇ 'ਚ ਵੀ ਗਾਜਰਾਂ, ਮੂਲੀਆਂ, ਸਲਗਮ ਲਾ ਤੇ। ਇਹ ਦੇਖੋ ਬੰਗਲੇ ਕਿੰਨੇ ਸੋਹਣੇ ਲੱਗਦੇ ਨੇ ਬੈਠੇ, ਗੋਰੇ ਗੋਰੇ, ਚਿੱਟੇ ਚਿੱਟੇ। ਇਹ ਵੀ ਪਾਣੀ 'ਚ ਬੈਠੇ ਮਸਤੀ ਕਰ ਰਹੇ ਨੇ। ਅਤੇ ਆਪਣੀਆਂ ਜਿਹੜੀਆਂ ਜੀਰੀਆਂ ਨੇ ਇਹ ਬਿਲਕੁਲ ਪੱਕ ਚੁੱਕੀਆਂ ਨੇ, ਇਹਨਾਂ ਦੀ ਵਢਾਈ ਸ਼ੁਰੂ ਹੋ ਗਈ। ਖੇਤਾਂ 'ਚ ਬਹੁਤ ਵਧੀਆ ਲੱਗਦਾ ਆ ਕੇ, ਖੇਤਾਂ ਦਾ ਨਜ਼ਾਰਾ ਦੇਖਣ ਯੋਗ ਹੈ, ਕਿਉਂਕਿ ਫਸਲ ਪੱਕਣ ਕਾਰਨ ਸੋਹਣਾ ਹੀ ਸੋਹਣਾ ਦਿਖਾਈ ਦਿੰਦਾ ਚਾਰੇ ਪਾਸੇ। ਇਹਨਾਂ ਨੂੰ ਬੀਜਣ ਤੋਂ ਬਾਅਦ ਪਾਣੀ ਦੇਤਾ ਸੀ ਡੈਡੀ ਨੇ, ਕਿਉਂਕਿ ਇਹਨਾਂ ਨੂੰ ਬੀਜਣ ਤੋਂ ਬਾਅਦ ਪਾਣੀ ਦੇਈਦਾ ਅਤੇ ਉੱਧਰ ਪਹਿਲਾਂ ਪਾਣੀ ਦੇ ਕੇ ਫਿਰ ਛਿੱਟਾ ਦੇਈਦਾ ਜੇ ਆਪਾਂ ਜੌਂ ਜਾਂ ਬਰਸੀਨ ਬੀਜਦੇ ਹਾਂ। ਇੱਧਰ ਜਿਹੜੇ ਆਪਣੇ ਘਰ ਲਵੇ ਵਾਲੇ ਖੇਤ ਨੇ ਇੱਥੇ ਆਪਾਂ ਜੌਂ ਬੀਜੀ ਹੈ ਅਤੇ ਜਿਹੜੇ ਦੂਜੇ ਖੇਤ ਨੇ ਉੱਥੇ ਆਪਾਂ ਬਰਸੀਨ ਬੀਜੀ ਹੈ। ਅਤੇ ਇਹ ਦੇਖੋ ਈਵਨਿੰਗ ਦਾ ਟਾਈਮ ਹੈ, ਇਹ 5:30 ਵਜੇ ਦਾ, ਅਤੇ ਆਪਾਂ ਜੀਰੀ ਵਿਖਾਉਂਦੇ ਹਾਂ। ਜੀਰੀ ਆਪਣੀ ਵੱਢਣ ਲਈ ਤਿਆਰ ਹੀ ਹੈ, ਬਸ ਥੋੜ੍ਹੇ ਦਿਨਾਂ 'ਚ ਵੱਢ ਲਾਂਗੇ। ਇਹ ਦੇਖੋ ਇਹਦੇ 'ਚ ਇਹ ਤੋੜ ਕੇ ਦਿਖਾਉਂਦੀ ਹਾਂ ਤੁਹਾਨੂੰ ਮੈਂ, ਕਿੰਨੀ ਵਧੀਆ ਹੋ ਗਈ ਦੇਖੋ। ਬਸ ਹਲੇ ਥੋੜ੍ਹੇ ਦਿਨਾਂ ਤੱਕ ਇਹਦੀ ਵਢਾਈ ਵੀ ਹੋ ਜੂਗੀ। ਇਹਦੇ ਨਾਲ ਨਾਲ ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਲਿਓ। ਚਲੋ ਠੀਕ ਹੈ, ਫਿਰ ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ।